ਅਭਿਸ਼ੇਕ ਕੀ ਗੱਲ ਕੀ ਸਰ? ਭਾਅ ਜੀ ਸਲੀਮ ਭਾਅ ਜੀ ਦਾ ਆਫਿਸ ਆ ਜਿੱਦਾਂ ਤੁਹਾਨੂੰ ਪਤਾ ਹੀ ਆ, ਅਤੇ ਮੈਂ ਮੁੰਡਾ ਮੇਰਾ ਸੀ ਇੱਥੇ ਕੰਮ ਕਰਦਾ 10 ਵਜੇ ਆਉਂਦਾ ਉਹ, ਉਹਨੇ ਆ ਕੇ ਮੈਨੂੰ ਕਾਲ ਕੀਤੀ ਕਿ ਬਾਹਰਲਾ ਮੇਨ ਗੇਟ ਦਾ ਲੌਕ ਜਿਹੜਾ ਟੁੱਟਾ ਹੋਇਆ, ਅਤੇ ਮੈਂ ਉਹਨੂੰ ਕਿਹਾ ਤੂੰ ਅੰਦਰ ਨਾ ਜਾਈਂ, ਅਤੇ ਉਹ ਸਾਹਮਣੇ ਬੈਠ ਗਿਆ ਫਿਲਹਾਲ, ਮੈਂ ਉਹਨੀ ਦੇਰ 'ਚ ਆ ਗਿਆ 15-20 ਮਿੰਟ 'ਚ, ਅਤੇ ਅੰਦਰ ਜਦੋਂ ਆਏ ਹਾਂ ਅਤੇ ਆ ਚੋਰੀ ਦਾ ਪਤਾ ਲੱਗਾ ਸਾਨੂੰ ਕਿ ਚੋਰੀ ਹੋਈ ਆ, ਅਤੇ ਰਾਤ ਨੂੰ 2:40 'ਤੇ ਦੋ ਮੁੰਡੇ ਆਏ ਆ ਸਕੂਟਰ 'ਤੇ, ਅਤੇ 2:56 ਚਲੇ ਗਏ ਆ ਮੇਨ, ਜਦੋਂ ਤੁਸੀਂ ਐਂਟਰ ਕੀਤਾ ਉਦੋਂ ਹੀ ਮੈਂ ਐਂਟਰ ਕੀਤਾ, ਦੇਖਿਆ ਆ ਇੱਕ ਇਨਵਰਟਰ ਅਤੇ ਇੱਕ ਮੇਰਾ ਲੋਕਰ, ਆਫਿਸ਼ੀਅਲ ਲੋਕਰ ਆ ਉਹ ਹੈ ਨਹੀਂ, ਬਾਕੀ ਹੁਣ ਚੀਜ਼ਾਂ ਬਾਅਦ 'ਚ ਪਤਾ ਲੱਗੀਆਂ। ਲੋਕਰ ਦੇ ਵਿੱਚ ਕੀ ਕੀ ਸਮਾਨ ਪਿਆ ਸੀ? ਉਹਦੇ 'ਚ ਭਾਅ ਜੀ ਮੇਰੇ ਆਫਿਸ਼ੀਅਲ ਡਾਕੂਮੈਂਟਸ ਆ ਜੀ, ਕੈਸ਼ ਭਾਅ ਜੀ ਇੱਕ ਅੱਧਾ ਐਡਵਾਂਸ ਆ। ਅੱਛਾ ਜੀ, ਪ੍ਰੋਗਰਾਮ ਦਾ ਕੱਲ੍ਹ ਹੀ ਜਿਹੜਾ, ਕਿਉਂਕਿ ਆਪਾਂ ਉਹਦੇ 'ਚ ਰੱਖ ਦੇਣੀ ਆ, ਲੋਕਰ 'ਚ ਰੱਖ ਦੇਣੀ ਆ। ਡਾਕੂਮੈਂਟਸ ਭਾਅ ਜੀ, ਭਾਅ ਜੀ ਦਾ ਲਾਇਸੈਂਸ ਰੀਨਿਊ ਹੋਣਾ ਸੀਗਾ, ਉਹ ਪੇਪਰ ਪਏ ਆ। ਤੁਹਾਨੂੰ ਕਿੰਨੀ ਦੇਰ ਹੋ ਗਈ ਮਾਸਟਰ ਸਲੀਮ ਜੀ ਦੇ ਨਾਲ? ਮੈਨੂੰ ਭਾਅ ਜੀ ਨਾਲ 22 ਸਾਲ ਹੋ ਗਏ। ਇਸ ਗੱਲ ਦੀ ਇਤਲਾਹ ਸਲੀਮ ਜੀ ਨੂੰ ਦਿੱਤੀ? ਹਾਂਜੀ ਭਾਅ ਜੀ ਦੇ ਨਾਲ ਚੱਲ ਜੀ, ਪੁਲਿਸ ਨੂੰ ਕੀਤੀ ਹੈ ਜੀ। ਅਸੀਂ ਸੋਚਦੇ ਸੀ ਅੱਜ ਤੋਂ ਪਹਿਲਾਂ ਕਿ ਅਸੀਂ ਮਹੱਲਿਆਂ 'ਚ ਸੇਫ ਆ, ਪਰ ਮਹੱਲੇ 'ਚ ਵੀ ਸੇਫਟੀ ਹੈ ਨੀ। ਲੋਕਰ ਤੋਂ ਇਲਾਵਾ ਹੋਰ ਕੀ ਕੀ ਲੈ ਗਏ? ਮੈਂ ਚੈੱਕ ਨਹੀਂ ਕੀਤਾ ਹਾਲੇ, ਲੋਕਰ ਹੈ ਔਰ ਇਨਵਰਟਰ ਆ ਤੁਹਾਡਾ। ਸਵੇਰੇ ਮੈਂ 9:30 ਵਜੇ ਆਇਆ, ਮੈਂ ਆ ਕੇ ਪਹਿਲਾਂ ਬੂਹੇ ਦੇਖੇ, ਮੈਂ ਕਿਹਾ ਮੈਂ ਤਾਂ ਚਾਬੀ ਤਾਂ ਮੇਰੇ ਕੋਲ ਆ, ਬੂਹੇ ਕਿਹਨੇ ਖੋਲੇ ਆ? ਉਹ ਜਿੰਦਾ ਦੇਖਿਆ ਥੱਲੇ ਡਿੱਗਿਆ ਪਿਆ ਸੀ ਉੱਥੇ ਦਰਵਾਜ਼ੇ ਦੇ ਨਾਲ ਹੀ। ਉੱਪਰ ਮੈਂ ਕੈਮਰਾ ਦੇਖਿਆ, ਕੈਮਰਾ ਟੇਢਾ ਹੋਇਆ ਸਾਰਾ। ਮੈਂ ਅੰਦਰ ਆ ਕੇ ਦੇਖਿਆ, ਜੇ ਕਿਤੇ ਮੈਂ ਉਹ ਇਹ ਆਹ ਰੂਮ ਦਫ਼ਤਰ ਵਾਲੇ ਜਿੰਦਾ ਲਾ ਕੇ ਜਾਂਦਾ ਉੱਪਰ ਸਾਰਾ ਕੁਛ। ਭਾਅ ਜੀ ਰੂਮ ਟੁੱਟਾ ਪਿਆ ਸੀ, ਪਿੱਛੇ ਜਾ ਕੇ ਦੇਖਿਆ ਦਰਵਾਜ਼ਾ ਖੁੱਲ੍ਹਾ, ਉਹ ਇਨਵੇਟਰ ਹੈ ਨਹੀਂ ਸੀ ਭਾਅ ਜੀ ਦਾ, ਲੋਕਰ ਹੈ ਨਹੀਂ ਸੀ। ਫਿਰ ਸਾਹਮਣੇ ਵਾਲੇ ਮਣੀ ਭਾਅ ਜੀ ਨੂੰ ਫੋਨ ਕੀਤਾ, ਉਹ ਆ ਗਏ ਫਟਾਫਟ, ਉਹਨੇ ਕੈਮਰੇ ਚੈੱਕ ਕੀਤਾ ਤੇ ਦੋ ਮੁੰਡੇ ਸੀ ਕਾਲੀ ਐਕਟਿਵਾ ਦੇ ਆਏ ਸੀ। ਇੱਧਰ ਆਏ ਇੱਥੇ ਕੀ ਕਰਦੇ ਹੋ? ਮੈਂ ਭਾਈ ਸਵਾਈਆਂ ਕਰਦਾ ਇੱਥੇ। ਕਿੰਨੇ ਸਮੇਂ ਤੋਂ ਇੱਥੇ ਕਰ ਰਹੇ ਹੋ? ਮੈਨੂੰ ਭਾਜੀ ਹੋ ਗਏ 6 ਸਾਲ ਹੋ ਗਏ, 6-7 ਸਾਲ। ਪਹਿਲੇ ਤੁਸੀਂ ਵੇਖਿਆ ਤੁਹਾਨੂੰ ਕਿਤੇ? ਹਾਂਜੀ ਭਾਜੀ। ਪਹਿਲੇ ਇਨਫੋਰਮੇਸ਼ਨ ਕਿਹਨੂੰ ਦਿੱਤੀ ਤੁਸੀਂ? ਪਹਿਲਾਂ ਮੈਂ ਮਣੀ ਭਾਜੀ ਨੂੰ, ਉਹ ਤੋਂ ਬਾਅਦ ਜੋਸ਼ ਭਾਜੀ ਨੂੰ ਦਿੱਤੀ ਜੀ। ਤੇ ਕੀ ਨੁਕਸਾਨ ਆ ਤੁਸੀਂ ਦੇਖਿਆ? ਹਾਂਜੀ, ਕੀ ਨੁਕਸਾਨ? ਭਾਜੀ ਇੱਕ ਭਾਜੀ ਦਾ ਲੋਕਰ ਹੈ ਨਹੀਂ, ਇੱਕ ਇਨਵੇਟਰ। ਤੇ ਭਾਜੀ ਜਿਹੜੇ ਮੁੰਡੇ ਆਏ ਨੇ ਐਕਟਿਵਾ ਤੇ, ਉਹ ਹਿੰਦੂ ਨੇ ਜਾਂ ਕੁਛ ਨਹੀਂ? ਮੈਨੂੰ ਪਤਾ ਦੇਖਣ ਨੂੰ ਮੋਨੇ ਲੱਗਦੇ ਨੇ। ਨਹੀਂ ਮੋਨੇ ਆਪਦਾ ਮੂੰਹ ਢੱਕੇ ਆ ਭਾਜੀ, ਉਹਨਾਂ ਨੇ ਆਬਾਦਪੁਰੇ 6 ਨੰਬਰ ਗਲੀ ਦੇ ਨੇੜੇ, ਤੇ ਇਹ ਰਾਤ ਤਕਰੀਬਨ 2:15 ਦੇ ਦਰਮਿਆਨ ਹੋਈ ਹੈ, ਤੇ ਤਕਰੀਬਨ 3:00 ਚੋਰੀ ਕਰਕੇ ਜਿਹੜੇ ਚੋਰ ਬਾਹਰ ਗਏ ਨੇ। ਸਰ ਮੌਕੇ ਤੇ ਸੀਸੀਟੀਵੀ ਦੇਖੀ ਜੀ? ਸੀਸੀਟੀਵੀ ਮੈਂ ਆਇਆ ਚੈੱਕ ਕਰ ਰਿਹਾ, ਅਤੇ ਹਜੇ ਆਪਣਾ ਵੈਰੀਫਾਈ ਕੀਤਾ ਜਿੰਨਾ ਕੁ ਮੋਟਾ ਮੋਟਾ ਜਿੱਥੇ ਜਿੱਥੇ ਪਾਏ ਨੇ, ਜਿੱਦਾਂ ਹਾਂਜੀ ਇੱਕ ਲੋਕਰ ਅਤੇ ਇਨਵਰਟਰ ਵਗੈਰਾ ਲੈ ਕੇ ਗਏ ਨੇ, ਬਾਕੀ ਪੜਤਾਲ ਕਰ ਰਹੇ, ਦੇਖ ਰਹੇ ਬਾਕੀ ਹੋਰ ਕੋਈ ਸਮਾਨ ਚੱਕ। ਸਰ ਕੀ ਨਾਮ ਜੀ? ਮੇਰਾ ਨਾਮ ASI ਸੁਖਵੰਤ ਸਿੰਘ। ਕਿਹੜੇ ਥਾਣੇ ਸਰ? ਮੈਂ PCR ਸਕਾਟ ਤੋਂ ਹਾਂ। ਧੰਨਵਾਦ ਸਰ, ਥੈਂਕ ਯੂ।